ਨਾਂ ਚੜ੍ਹ ਸਿੰਘ ਮਾਨ ਆ ਜੀ, ਗੋਨਿਆ ਰੋਡ ਗਲੀ ਨੰਬਰ 4 ਵਾਰਡ ਨੰਬਰ 15 ਤੋਂ ਆ ਜੀ। ਮੇਰਾ ਜੀ ਇਹ ਪੈਨ ਕਾਰਡ ਜੋ ਆ, ਮੈਂ ਆਪਣਾ ਪੈਨ ਕਾਰਡ 'ਤੇ ਰਿਟਰਨ ਬਣਾਉਣ ਗਿਆ ਸੀ ਸਾਈਬਰ 'ਤੇ ਜੀ। ਸਾਈਬਰ ਵਾਲੇ ਨੇ ਮੈਨੂੰ ਦੱਸਿਆ ਕਿ ਭਾਈ ਤੇਰੇ 'ਤੇ ਤਾਂ ਪਹਿਲਾਂ ਹੀ ਜੀ ਐੱਸ ਟੀ ਚੜ੍ਹੀ ਹੋਈ ਹੈ ਇੱਥੇ, ਔਰ ਇਹਦੇ ਵਿੱਚ 12 ਕਰੋੜ ਦਾ ਲੈਣ ਦੇਣ ਵੀ ਹੋਇਆ, ਔਰ ਮੈਂ ਇੱਕ ਗਰੀਬ ਆਦਮੀ ਹਾਂ ਜੀ, ਕੰਬਾਈਨ ਦਾ ਡਰਾਈਵਰ ਹਾਂ, ਔਰ ਇਹ ਜੋ ਇਹ ਮੇਰੇ ਨਾਲ ਹੋਇਆ ਇਹਦੀ ਮੰਨ ਲਓ ਵੀ ਅਸੀਂ ਕਾਰਵਾਈ ਦੀ ਮੰਗ ਕਰਦੇ ਹਾਂ ਜੀ। ਇਹ ਫਰੋਡ ਕਿਸ ਜਿਸ ਬੰਦੇ ਨੇ ਵੀ ਕੀਤਾ ਜੀ। ਤੁਸੀਂ ਗਏ ਜੀ ਐੱਸ ਟੀ ਵਿਭਾਗ ਕੋਲ ਜਾਂ ਕਿਸੇ ਹੋਰ ਕੋਲ ਗਏ ਹੈਗੇ ਹੋ? ਹਾਂਜੀ, ਮੈਂ ਜੀ ਮੇਰੇ ਵਾਰਡ ਦੇ ਐੱਮ ਸੀ ਪਾਸ਼ਾ ਜੀ ਨਾਲ ਮੇਰੇ ਗਏ, ਅਸੀਂ ਜੀ ਐੱਸ ਟੀ ਭਵਨ ਵੀ ਗਏ ਜੀ, ਅਤੇ ਐੱਸ ਐੱਸ ਪੀ ਨੂੰ ਐਪਲੀਕੇਸ਼ਨ ਵੀ ਦਿੱਤੀ ਹੈ ਜੀ, ਅਤੇ ਸਿਟੀ ਥਾਣਾ ਦੇ ਵਿੱਚ ਵੀ ਦਰਜ ਕਰਵਾਈ ਹੈ ਜੀ ਰਿਪੋਰਟ। ਕੋਈ ਪਤਾ ਲੱਗਿਆ ਵੀ ਕੌਣ ਹੈਗਾ ਬੰਦਾ ਜਾਂ ਕਿੱਥੋਂ ਦਾ ਹੈਗਾ, ਕੀ ਕਰ ਰਿਹਾ ਹੈਗਾ? ਸਰ ਜੀ, ਇਹ ਦਿੱਲੀ ਦਾ ਕੋਈ ਉੱਪਰ ਆ ਰਿਹਾ ਜੀ, ਰਾਇਲ ਟ੍ਰੇਡ ਕੰਪਨੀ ਹੈ ਜੀ, ਇਹ ਕੋਈ ਲੋਹਾ ਅਤੇ ਸਟੀਲ ਦਾ ਕੰਮ ਕਰ ਰਿਹਾ ਜੀ ਬੰਦਾ। ਇਹ ਉਹਦੀ ਮੰਨ ਲਓ ਇਹਦੇ 'ਤੇ ਐਡਰੈਸ ਉਹਦਾ ਆ ਰਿਹਾ ਜੀ ਮੇਰੇ ਆਧਾਰ ਕਾਰਡ ਪੈਨ ਕਾਰਡ 'ਤੇ। ਤੁਹਾਡੀ ਕੋਈ ਜਾਣ ਪਛਾਣ ਸੀ ਪਹਿਲਾਂ? ਨਹੀਂ 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 ਸਰ ਜੀ, ਕੋਈ ਜਾਣ ਪਛਾਣ ਨਹੀਂ ਜੀ। ਇਹ ਤਾਂ ਮੈਨੂੰ ਤਾਂ ਉਦੋਂ ਪਤਾ ਲੱਗਿਆ ਜਦੋਂ ਮੈਂ ਆਪਣੀਆਂ ਰਿਟਰਨਾਂ ਬਣਾਉਣ ਸਾਈਬਰ 'ਤੇ ਗਿਆ ਜੀ। ਜੀ ਐੱਸ ਟੀ ਵਾਲੇ ਜਾਂ ਉਹ ਐੱਸ ਐੱਸ ਪੀ ਦਫ਼ਤਰ ਗਏ ਹੋ, ਕੀ ਕਹਿੰਦੇ ਹੈਗੇ ਨੇ? ਜੀ ਐੱਸ ਟੀ ਵਿਭਾਗ ਨੇ ਇਹ ਕਿਹਾ ਜੀ ਇਹ ਦਿੱਲੀ ਦਾ ਮਸਲਾ ਹੈ ਜੀ, ਤੁਹਾਨੂੰ ਉਹਨਾਂ ਨੇ ਸਾਨੂੰ ਜੀ ਇਹਦੇ ਮੰਨ ਲਓ ਡਰੈਸ ਕੱਢ ਕੇ ਦਿੱਤਾ ਸੀ ਜੀ ਐੱਸ ਟੀ ਭਵਨ ਦਿੱਲੀ ਨੂੰ, ਮੰਨ ਲਓ ਸਪੀਡ ਪੋਸਟਾਂ ਵੀ ਪਾਈਆਂ ਜੀ। ਅਤੇ ਪੁਲਿਸ ਕੀ ਕਹਿੰਦੀ ਹੈਗੀ ਹੈ? ਪੁਲਿਸ ਤਾਂ ਇਹ ਕਹਿੰਦੀ ਹੈ ਵੀ ਅਸੀਂ ਇੱਥੇ ਮੰਨ ਲਓ ਪੂਰੀ ਕਾਰਵਾਈ ਕਰਾਂਗੇ ਜੀ। ਮੇਰਾ ਨਾਮ ਪਰਮਿੰਦਰ ਸਿੰਘ ਪਾਸ਼ਾ ਜੀ, ਮੈਂ ਵਾਰਡ ਨੰਬਰ 15 ਦਾ ਸਾਬਕਾ ਕੌਂਸਲਰ ਹਾਂ, ਅਤੇ ਇਸ ਵਾਰ ਮੇਰੀ ਧਰਮ ਪਤਨੀ ਉਸ ਵਾਰਡ ਦੀ ਕੌਂਸਲਰ ਹੈ, ਅਤੇ ਇਹ ਚੜ੍ਹ ਸਿੰਘ ਜਿਹੜਾ ਇਹ ਮੇਰੇ ਵਾਰਡ ਨੇ 4 ਨੰਬਰ ਗਲੀ ਦਾ ਗੁੰਨਾ ਰੋਡ ਦਾ ਵਸਨੀਕ ਹੈ, ਅਤੇ ਇਹ 3-4 ਦਿਨ ਹੋ ਗਏ ਮੇਰੇ ਕੋਲ ਆਇਆ, ਮੈਨੂੰ ਆਉਂਦਾ ਜੀ ਮੈਂ ਰਿਟਰਨਾਂ ਬਣਾਉਣ ਗਿਆ ਸੀਗਾ, ਅਤੇ ਮੈਨੂੰ ਪਤਾ ਲੱਗਾ ਵੀ ਮੇਰੇ ਜੀ ਐੱਸ ਟੀ ਨੰਬਰ ਦੇ ਉੱਤੇ ਕੋਈ ਬਹੁਤ ਵੱਡਾ ਕੋਈ 12-13 ਕਰੋੜ ਦਾ ਫਰਾਡ ਕਰ ਰਿਹਾ ਬੰਦਾ, ਅਤੇ ਦਿੱਲੀ 'ਚ ਕੋਈ ਕੰਪਨੀ ਚਲਾ ਰਿਹਾ, ਅਤੇ ਮੇਰਾ ਇਹਦਾ ਮਸਲਾ ਹੱਲ ਕਰਕੇ ਜੋ। ਤਾਂ ਫਿਰ ਇਹਦੇ ਨਾਲ ਮੈਂ ਜੀ ਐੱਸ ਟੀ ਭਵਨ ਇੱਥੇ ਮੁਕਤਸਰ, ਉੱਥੇ ਰਾਜਪਾਲ ਮੀਨਾ ਜਿਹੜਾ ਅਸਿਸਟੈਂਟ ਕਮਿਸ਼ਨਰ, ਅਸੀਂ ਉਹਨੂੰ ਮਿਲੇ ਅਤੇ ਉਹਨੂੰ ਸਾਰਾ ਕਾਗਜ਼ ਪੱਤਰ ਦਿਖਾਏ, ਉਹਨੇ ਸਾਰਾ ਰਿਕਾਰਡ ਕੱਢਿਆ, ਤਾਂ ਉਹਨਾਂ ਨੇ ਦੱਸਿਆ ਕਿ ਇੱਕ ਨੇ ਜੀ ਇਹਦੇ ਨਾਂ 'ਤੇ ਜੀ ਐੱਸ ਟੀ ਦੇ 4 ਨੰਬਰ ਚੱਲ ਰਹੇ ਆ, ਔਰ ਜਿਹਦੇ 'ਚ ਇੱਕ ਐਕਟਿਵਾ 3 ਡੀਐਕਟੀਵੇਟ ਆ, ਅਤੇ ਉਹ ਮਤਲਬ ਕਿ ਨਾਲ ਉਹਨਾਂ ਨੇ ਦੱਸਿਆ ਕਿ ਆਹ 12 ਕਰੋੜ ਦੇ ਲਗਭਗ ਇਹਦਾ ਲੈਣ ਦੇਣ ਹੋਇਆ ਗਾ, ਅਤੇ ਉਹ ਕੋਈ ਸਟੀਲ ਦੇ ਅਤੇ ਲੋਹੇ ਦੇ ਸਕਰੈਪ ਦਾ ਬੰਦਾ ਕੰਮ ਕਰ ਰਿਹਾ, ਇਹਦੇ ਨਾਂ 'ਤੇ ਚਲਾ ਰਿਹਾ ਸਾਰਾ, ਅਤੇ ਉਹ ਮਤਲਬ ਕਿ ਫਿਰ ਅਸੀਂ ਆਖਿਆ ਵੀ ਇਹਦਾ ਹੱਲ ਦੱਸੋ ਜੀ। ਉਹ ਕਹਿੰਦਾ ਵੀ ਇਹ ਜਿਹੜਾ ਮਾਮਲਾ ਇਹ ਦਿੱਲੀ ਸਟੇਟ ਦਾ ਮਾਮਲਾ, ਉਹ ਅਸੀਂ ਆਖਿਆ ਵੀ ਸਾਨੂੰ ਦੱਸ ਰਾਹ ਪਾਓ, ਉਹਨਾਂ ਨੇ ਫਿਰ ਸਾਨੂੰ ਐਪਲੀਕੇਸ਼ਨ ਵੀ ਉਹਨਾਂ ਨੇ ਲਿਖਵਾਈ, ਨਾਲ ਹੀ ਉਹਨਾਂ ਨੇ ਸਾਨੂੰ ਉੱਥੋਂ ਦੇ ਐਡਰੈਸ ਕਮਿਸ਼ਨਰ ਦਾ, ਅਸਿਸਟੈਂਟ ਕਮਿਸ਼ਨਰ ਦਾ, ਅਤੇ ਉਹਨਾਂ ਨੇ ਐਡਰੈਸ ਦਿੱਤੇ ਆਂਦੇ ਵੀ ਤੁਸੀਂ ਇਸ ਐਡਰੈਸਾਂ 'ਤੇ ਮੇਲ ਵੀ ਕਰੋ ਜੀ ਅਤੇ ਰਜਿਸਟਰੀਆਂ ਵੀ ਕਰਾਓ। ਉਹ ਅਸੀਂ ਮੇਲ ਵੀ ਕੀਤੀ, ਰਜਿਸਟਰੀ ਵੀ ਕਰਾਈ, ਨਾਲ ਉਹਨਾਂ ਨੇ ਕਿਹਾ ਕਿ ਤੁਸੀਂ ਪੁਲਿਸ ਕੰਪਲੇਂਟ ਵੀ ਕਰੋ, ਕਿਉਂਕਿ ਫਰਾਡ ਹੋਇਆ, ਕੱਲ੍ਹ ਨੂੰ ਜੇ ਕੋਈ ਗੱਲਬਾਤ ਐਡਾ ਵੱਡਾ ਲੈਣ ਦੇਣ ਹੋਇਆ, ਕੱਲ੍ਹ ਨੂੰ ਕੋਈ ਪੁੱਛ ਪੜਤਾਲ ਹੁੰਦੀ ਹੈ, ਤਾਂ ਉਹ ਤਾਂ ਵਿਚਾਰਾ ਚੜ੍ਹ ਸਿੰਘ ਦੀ ਹੋਣੀ ਹੈ, ਔਰ ਜਿਹਨੇ ਵਿਚਾਰੇ ਨੇ ਕਦੇ 12 ਕਰੋੜ ਕੀ 12 ਲੱਖ ਰੁਪਈਆ ਨਹੀਂ ਕਦੇ ਵੇਖਿਆ ਹੋਣਾ, ਅਤੇ ਇਹ ਗਰੀਬ ਬੰਦਾ ਡਰਾਈਵਰ ਹੈਗਾ, ਅਤੇ ਇਹ ਹਾਂਜੀ ਪੁਲਿਸ ਮਤਲਬ ਕਿ ਜਿਹੜਾ ਐੱਸ ਐੱਚ ਓ ਆ ਜੀ, ਉਹਨਾਂ ਨੇ ਐਪਲੀਕੇਸ਼ਨ ਸਾਡੀ ਲੈ ਲਈ ਸੀਗੀ, ਨਾਲ ਉਹਨਾਂ ਨੇ ਦਰਜ ਵੀ ਕਰਕੇ ਸਾਨੂੰ ਨੰਬਰ ਵੀ ਦੇਤਾ ਸੀ, ਅਤੇ ਉਹ ਆਉਂਦੇ ਕਿ ਵੀ ਅਸੀਂ ਇਹ ਫਰਾਡ ਆ ਜਿਹੜਾ ਇਹਦੀ ਅਸੀਂ ਬਰੀਕੀ ਨਾਲ ਜਾਂਚ ਕਰਕੇ ਬਣਦੀ ਕਾਰਵਾਈ ਕਰਾਂਗੇ। ਇੱਕ ਐਪਲੀਕੇਸ਼ਨ ਰਿਸੀਵ ਹੋਈ ਹੈ, ਉਹਦੇ ਵਿੱਚ ਅਸੀਂ ਜਿਹੜਾ ਹੈਗਾ ਰਿਕਾਰਡ ਜਿਹੜਾ ਹੈਗਾ ਹਾਸਲ ਕਰਕੇ ਜਿਹੜਾ ਹੈਗਾ ਜਿੱਥੋਂ ਜੁਰਿਸਡਿਕਸ਼ਨ ਬਣਦੀ ਉੱਥੇ ਮੂਵ ਕਰਾਂਗੇ, ਜੇ ਮੁਕਤਸਰ ਜੁਰਿਸਡਿਕਸ਼ਨ ਬਣਦੀ ਹੋਈ ਤਾਂ ਇੱਥੇ ਕਾਰਵਾਈ ਹੋਊਗੀ, ਨਹੀਂ ਤਾਂ ਜਿੱਥੋਂ ਜੁਰਿਸਡਿਕਸ਼ਨ ਉੱਥੇ ਅਗਲੇ ਨੂੰ ਹਦਾਇਤ ਕਰਾਂਗੇ, ਉੱਥੇ ਜਾ ਕੇ ਆਪਣੀ ਕੰਪਲੇਂਟ ਰਜਿਸਟਰ ਕਰਾਵੇ, ਅਤੇ ਤੁਸੀਂ ਜਾਰੀ ਰਿਕਾਰਡ ਆਉਣ ਤੋਂ ਬਾਅਦ ਹੀ ਕੁਛ ਕਹਿ ਸਕਦੇ ਹੋ।